ਆਲਟੋ ਨਿਊਜ਼ ਚੈਨਲ ਦੇ ਵਿੱਚ ਤੁਹਾਡਾ ਸਵਾਗਤ। 13 ਵਰਾਂ ਤੱਕ ਪੁਲਿਸ ਤੇ ਗੈਂਗਸਟਰਾਂ ਵਿਚਕਾਰ ਗੋਲਾਬਾਰੀ ਜਿਹੜੀ ਕੱਲ ਹੋਈ ਸੀ ਉਸ ਦੇ ਸੰਬੰਧ ਦੇ ਵਿੱਚ DSP ਮਨਿੰਦਰਪਾਲ ਸਿੰਘ ਦੀ ਪ੍ਰੈਸ ਕਾਨਫਰੰਸ ਹੋਈ। ਉਹਨਾਂ ਨੇ ਦੱਸਿਆ ਕਿ ਇਹ ਗੈਂਗਸਟਰ ਆਪਣੇ ਇੱਕ ਸਾਥੀ ਦੇ ਭੋਗ ਦੇ ਉੱਤੇ ਆਏ ਸਨ ਤੇ ਇਹਨਾਂ ਪਾਸੋਂ ਮੁਕਾਬਲੇ ਤੋਂ ਬਾਅਦ 3 ਪਿਸਤੌਲ ਤੇ ਜਿੰਦਾ ਕਾਰਤੂਸ ਬਰਾਮਦ ਹੋਏ ਨੇ। ਏਅਰਪੋਰਟ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਜੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਲਓ, ਨਾਲ ਹੀ ਬੈਲ ਆਈਕਨ ਵੀ ਦਬਾ ਲਓ। ਬੀਤੇ ਦਿਨ ਬਟਾਲਾ ਦੇ ਡੇਰਾ ਗੁਰੂ ਨਾਨਕ ਦੇ ਵਿੱਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਗੋਲਾਬਾਰੀ ਸ਼ੁਰੂ ਹੋ ਗਈ। ਗੈਂਗਸਟਰਾਂ ਅਤੇ ਪੁਲਿਸ ਨੇ ਇੱਕ ਦੂਜੇ ਤੇ ਗੋਲੀਆਂ ਚਲਾਈਆਂ, ਜਿਸ ਵਿੱਚ ਇੱਕ ਗੈਂਗਸਟਰ ਸ਼ਿਵਕਰਨ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਡੇਰਾ ਗੁਰੂ ਨਾਨਕ ਦੇ ਸਿਵਲ ਹਸਪਤਾਲ ਦਾਖਲ ਕਰਾਇਆ ਗਿਆ। ਪੁਲਿਸ ਨੇ 5 ਗੈਂਗਸਟਰਾਂ ਨੂੰ ਗ੍ਰਿਫਤਾਰ ਕਰ ਲਿਆ ਸੀ, ਜਿਨ੍ਹਾਂ ਕੋਲੋਂ 3 ਹਥਿਆਰ ਵੀ ਬਰਾਮਦ ਕੀਤੇ ਸਨ। ਡੇਰਾ ਬਾਬਾ ਨਾਨਕ ਦੇ DSP ਮਨਿੰਦਰਪਾਲ ਸਿੰਘ ਨੇ ਦੱਸਿਆ ਕਿ ਕਰੀਬ 10 ਦਿਨ ਪਹਿਲਾਂ ਪਿੰਡ ਨਬੀਪੁਰ ਦੇ ਵਿੱਚ ਕਿਸੇ ਪੁਰਾਣੀ ਰੰਜਿਸ਼ ਨੂੰ ਲੈ ਕੇ 2 ਗੁੱਟਾਂ ਦੇ ਵਿੱਚ ਲੜਾਈ ਹੋਈ ਸੀ, ਜਿਸ ਵਿੱਚ ਚਰਨਜੀਤ ਨਾਮਕ ਨੌਜਵਾਨ ਦੀ ਮੌਤ ਹੋ ਗਈ ਸੀ ਤੇ ਉਸ ਦਾ ਪਿੰਡ ਤਲਵੰਡੀ ਗੁਰਾਇਆ ਹੈ, ਜਿੱਥੇ ਭੋਗ ਦੇ ਉੱਤੇ ਇਹ ਗੈਂਗਸਟਰ ਆਏ ਸਨ ਤੇ ਪੁਲਿਸ ਨੂੰ ਇਸ ਦੀ ਸੂਚਨਾ ਮਿਲ ਗਈ ਸੀ। ਸੂਚਨਾ ਮਿਲਣ ਤੇ ਪੁਲਿਸ ਨੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਉੱਥੇ ਹੀ ਗੈਂਗਸਟਰਾਂ ਤੇ ਪੁਲਿਸ ਦੇ ਵਿਚਕਾਰ ਗੋਲਾਬਾਰੀ ਸ਼ੁਰੂ ਹੋ ਗਈ ਤੇ ਇਸੇ ਦੌਰਾਨ ਕਾਲਾਵਲੀ ਦੇ ਖੇਤਾਂ ਦੇ ਵਿੱਚੋਂ ਇਹਨਾਂ ਨੂੰ ਕਾਬੂ ਕਰ ਲਿਆ ਗਿਆ ਤੇ ਇੱਕ ਗੈਂਗਸਟਰ ਸ਼ਿਵਕਰਨ ਜ਼ਖਮੀ ਹੋ ਗਿਆ, ਜੋ ਕਿ ਹੁਣ ਹਿਰਾਸਤ ਵਿੱਚ ਹੈ ਤੇ ਪੁਲਿਸ ਉਸਦਾ ਇਲਾਜ ਕਰਵਾ ਰਹੀ ਹੈ। ਉਹਨਾਂ ਦੱਸਿਆ ਕਿ ਫੜੇ ਗਏ 5 ਗੈਂਗਸਟਰ ਕਈ ਅਪਰਾਧਿਕ ਮਾਮਲਿਆਂ ਦੇ ਵਿੱਚ ਲੋੜੀਂਦੇ ਹਨ ਤੇ ਇਹਨਾਂ ਦੀ ਪਛਾਣ ਸ਼ਿਵਕਰਨ ਸਿੰਘ, ਤਰਸੇਮ ਸਿੰਘ, ਨਵਦੀਪ ਸਿੰਘ, ਸਾਜਨਪ੍ਰੀਤ ਸਿੰਘ ਅਤੇ ਸਰਬਜੀਤ ਸਿੰਘ ਵਜੋਂ ਹੋਈ ਹੈ ਤੇ ਪੁੱਛਗਿੱਛ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ। ਤੁਸੀਂ ਦੇਖ ਰਹੇ ਹੋ ਆਲਟੂ ਨਿਊਜ਼ ਦੀ ਇਹ ਵਿਸ਼ੇਸ਼ ਰਿਪੋਰਟ। ਕਾਨਫਰੰਸ ਦਾ ਕੀ ਮੁੱਖ ਉਦੇਸ਼ ਹੈ ਤੇ ਜਿਹੜੇ ਗੈਂਗਸਟਰ ਕਿੱਥੇ ਆਏ ਸੀ, ਕਿਸ ਤਰ੍ਹਾਂ ਇਨਫੋਰਮੇਸ਼ਨ ਮਿਲੀ ਹੋਇਆ ਕੀ? ਇਹ ਸਾਡੇ ਕੋਟਲੀ ਥਾਣੇ ਦੇ ਵਿੱਚ ਇੱਕ 59 FIR ਹੋਈ ਸੀ 307 ਦੀ। ਰਾਤ ਦੇ ਸਮੇਂ ਇੱਕ 2 ਤਰ੍ਹਾਂ ਦੇ ਵਿੱਚ ਲੜਾਈ ਹੋਈ ਸੀ, ਗੋਲੀਬਾਰੀ ਚੱਲੀ ਸੀ। ਉਹਨਾਂ ਦੇ ਵਿੱਚ ਸਾਨੂੰ ਬੰਦੇ ਲੋੜੀਂਦੇ ਸੀਗੇ, ਕੁਛ ਅਸੀਂ ਬੰਦੇ ਫੜਦੇ ਸੀ। ਉਹਦੇ ਵਿੱਚ ਕਿਹੜਾ ਮੁੱਖ ਦੋਸ਼ੀ ਸੀ? ਚਰਨਪ੍ਰੀਤ ਚੰਨਾ, ਉਹਦੀ ਡੈਥ ਹੋ ਗਈ ਸੀ ਇਹਦੇ ਇਸ ਇੰਸੀਡੈਂਟ ਦੇ ਵਿੱਚ। ਉਹਦੇ ਵਿੱਚ ਅਸੀਂ ਵਾਧਾ ਜੁਰਮ 302 ਦਾ ਕਰ ਦਿੱਤਾ ਸੀ। ਉਹਦਾ ਕੱਲ੍ਹ ਭੋਗ ਸੀ, ਜਦੋਂ ਕੱਲ੍ਹ ਭੋਗ ਦੇ ਵਿੱਚੋਂ ਸਾਨੂੰ ਕੋਈ ਇਨਫੋਰਮੇਸ਼ਨ ਮਿਲੀ ਕਿ ਆਹ ਫਲਾਨੇ ਬੰਦੇ ਇੱਥੇ ਆਏ ਹੋਏ ਨੇ, ਇਹਨਾਂ ਦੇ ਕੋਲ ਇੱਕ ਵੈਪਨਸ ਕੁਛ ਵੈਪਨ ਹੈ, ਅਤੇ ਅਸੀਂ ਉਹਨਾਂ ਦੇ ਉੱਪਰ ਅਸੀਂ ਕੰਮ ਕਰਨਾ ਸ਼ੁਰੂ ਕੀਤਾ। SSP ਸਾਹਿਬ ਦੇ ਡਾਇਰੈਕਸ਼ਨਸ ਦੇ ਮੁਤਾਬਿਕ ਜਦੋਂ ਉਹਨਾਂ ਨੂੰ ਸਲਾਹ ਦਿੱਤੀ, ਸਾਡੀ CIA ਟੀਮ, SHO ਡੇਰਾ ਬਾਬਾ ਨਾਨਕ, DSP ਸਾਹਿਬ, ਜਦੋਂ ਸਾਰੇ ਆਪਣੇ ਆਪਣੀ ਫੀਲਡ ਪੋਜੀਸ਼ਨ ਦੇ ਵਿੱਚ ਆ ਗਏ, ਇਹਨਾਂ ਨੂੰ ਪਿੱਛਾ ਕਰਨਾ ਸ਼ੁਰੂ ਕੀਤਾ। ਇਹਨਾਂ ਨੇ CIA ਇੰਚਾਰਜ ਦੇ ਉੱਪਰ ਗੋਲੀ ਫਾਇਰਿੰਗ ਕੀਤੀ, ਗੱਡੀ ਦੇ ਉੱਪਰ ਗੋਲੀ ਫਾਇਰਿੰਗ ਕੀਤੀ। ਦੌਰਾਨੇ ਫਾਇਰਿੰਗ ਜਦੋਂ SHO ਡੇਰਾ ਬਾਬਾ ਨਾਨਕ ਨੇ ਇਹਨਾਂ ਨੂੰ ਚੇਸ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਇਨ ਬਿਟਵੀਨ ਮੇਰੀ ਗੱਡੀ ਪਿੱਛੇ ਸੀ, ਮੇਰੀ ਗੱਡੀ, ਮੈਂ ਖੁਦ ਆਪ ਗੱਡੀ ਦੇ ਵਿੱਚ ਬੈਠਾ ਹੋਇਆ ਸੀ, ਗੱਡੀ ਇਹਨਾਂ ਨੂੰ ਚੇਸ ਕਰਦੇ ਹੋਏ ਪਿੰਡ ਕਾਲਾਵਾਲੀ ਦੇ ਕੋਲ, ਜਦੋਂ ਇਹਨਾਂ ਕੋਲ ਕੰਟਰੋਲ ਨਹੀਂ ਰਿਹਾ, ਗੱਡੀ ਜਦੋਂ ਇਹਨਾਂ ਨੇ ਰਾਈਟ ਸਾਈਡ ਤੋਂ ਮੋੜਨ ਲੱਗੇ ਤਾਂ ਇਹਨਾਂ ਦੀ ਗੱਡੀ ਇੱਕ ਸ਼ੋਪ ਦੇ ਵਿੱਚ ਹਿੱਟ ਹੋ ਗਈ, ਜਿਹਦੇ ਵਿੱਚ ਇਹਨਾਂ ਨੂੰ ਇੰਜਰੀ ਹੋਈ ਅਤੇ ਇਹ ਜਦੋਂ ਏਅਰਬੈਗ ਇਹਨਾਂ ਦੇ ਖੁੱਲ੍ਹ ਗਏ, ਇਹਨਾਂ ਨੇ ਆਪਣੀ ਗੱਡੀ ਛੱਡ ਕੇ ਵੈਪਨ ਸਮੇਤ ਭੱਜ ਗਏ। ਉਸ ਤੋਂ ਬਾਅਦ ਜਦੋਂ ਇਹਨਾਂ ਦਾ ਪਿੱਛਾ ਕਰਦੇ ਹੋਏ ਇਹਨਾਂ ਨੇ ਫਿਰ ਜਵਾਬੀ ਕਾਰਵਾਈ ਦੇ ਵਿੱਚ ਇਹਨਾਂ ਨੇ ਸਾਡੇ ਉੱਪਰ ਫਾਇਰਿੰਗ ਕੀਤੀ, ਪੁਲਿਸ ਪਾਰਟੀ ਦੇ ਉੱਪਰ ਸਾਰੇ DSP ਡੀ ਸਾਹਿਬ ਵੀ ਨਾਲ ਸੀਗੇ ਸਾਰੇ, ਅਤੇ ਆਹ ਇੰਸੀਡੈਂਟ ਹੈ। ਕਿੰਨੇ ਰਾਊਂਡ ਫਾਇਰ ਹੋਏ ਔਰ ਜਦੋਂ ਜਵਾਬੀ ਫਾਇਰਿੰਗ ਹੋਈ ਅਤੇ ਉਹਨਾਂ ਵੱਲੋਂ ਕਿੰਨੇ ਕੀਤੇ ਗਏ, ਤੁਹਾਡੇ ਵੱਲੋਂ ਕਿੰਨੇ? ਤਕਰੀਬਨ ਜਿੱਦਾਂ SHO ਜਿੱਦਾਂ CIA ਇੰਚਾਰਜ ਦੱਸਿਆ, ਸਾਡੇ ਇਹਨਾਂ ਦੇ ਉੱਪਰ 2 ਫਾਇਰਿੰਗ ਹੋਈ, ਜਦੋਂ ਅਸੀਂ ਵੀ ਉੱਥੇ ਪਹੁੰਚੇ ਨੇ ਸਾਡੇ ਉੱਪਰ ਵੀ ਫਾਇਰਿੰਗ ਹੋਈ, ਮੈਂ ਜੋ ਸਾਡੇ ਵੱਲੋਂ ਸਾਡੀ ਟੀਮ ਦੇ ਵੱਲੋਂ ਫਾਇਰਿੰਗ ਹੋਈ ਆ, ਤਕਰੀਬਨ 5-6 ਰਾਊਂਡ ਫਾਇਰ ਹੋਏ ਨੇ। ਅਤੇ ਇਹਨਾਂ ਕੋਲ ਜਿਹੜੀ ਰਿਕਵਰੀ ਹੋਈ ਨੇ ਤੁਹਾਡੇ ਸਾਹਮਣੇ ਆ, ਇੱਕ 9mm ਪਿਸਟਲ ਆ, ਇੱਕ 32 ਬੋਰ ਆ, ਇੱਕ 30 ਬੋਰ ਆ। ਹੋਰ ਉਮੀਦ ਹੈ ਕਿ ਇਹਨਾਂ ਦੇ ਉੱਪਰ ਦੇਖੋ ਸਾਰੇ ਕ੍ਰਿਮੀਨਲ ਬੈਕਗ੍ਰਾਊਂਡ ਤੋਂ ਹੈ ਨੇ, ਸਾਰਿਆਂ ਦੇ ਉੱਪਰ 2-2, 3-3, 4-4 ਬੱਚੇ ਹੈਗੇ ਨੇ, ਅਤੇ ਉਮੀਦ ਹੈ ਕਿ ਇਹਨਾਂ ਦਾ ਅੱਗੇ ਫਰਦਰ ਮਾਨ ਲੈ ਕੇ ਅਸੀਂ ਇਹਨਾਂ ਤੋਂ ਪੁੱਛਗਿੱਛ ਕਰਕੇ ਹੋਰ ਵੀ ਖੁਲਾਸੇ ਕਰਨ ਦੀ ਕੋਸ਼ਿਸ਼ ਕਰਾਂਗੇ। ਜ਼ਖਮੀ ਕੌਣ ਹੋਇਆ? ਜ਼ਖਮੀ ਇਹਦੇ ਵਿੱਚ ਇੱਕ ਜਿਹੜਾ ਇੱਕ ਸ਼ਿਵਕਰਨ ਮੁੰਡਾ ਹੈਗਾ, ਜਿਹੜਾ ਸ਼ਿਵਕਰਨ ਮੁੰਡਾ ਇਹ ਬੇਸਿਕਲੀ ਜਿਹੜਾ ਤਿਹਾੜ ਜੇਲ੍ਹ ਦੇ ਵਿੱਚ ਵੀ ਰਹਿ ਕੇ ਆਇਆ ਹੋਇਆ ਵਾ, ਇਹ ਮੇਨ ਦੋਸ਼ੀ ਨੇ। ਇਹਨਾਂ ਦੇ ਪੈਰ ਦੇ ਵਿੱਚ ਹਿੱਟ ਹੋਈ ਹੈ ਗੋਲੀ, ਜਦੋਂ ਇਹ ਸਾਡੇ ਉੱਪਰ ਗੋਲੀ ਫਾਇਰਿੰਗ ਕਰਕੇ ਭੱਜ ਰਿਹਾ ਸੀ ਪਿੰਡ ਵੱਲ। ਨਹੀਂ, ਇਹ ਹਲੇ ਫਰਦਰ ਇਨਵੈਸਟੀਗੇਸ਼ਨ ਦਾ ਹਿੱਸਾ, ਜਿੱਦਾਂ ਵੀ ਸਾਨੂੰ ਪਤਾ ਲੱਗੂ ਤੁਹਾਨੂੰ ਅਸੀਂ ਕਨਵੇ ਕਰ ਦਿਆਂਗੇ। ਗੱਡੀ ਇਹਨਾਂ ਕੋਲ ਸਵਿਫਟ ਸੀਗੀ, ਦਿੱਲੀ ਨੰਬਰ। ਹਾਂਜੀ, ਭੋਗ ਦੇ ਚੰਨਪ੍ਰੀਤ ਚੰਨਾ ਜਿਹਦੀ ਡੈਥ ਹੋ ਗਈ ਸੀ, ਇੱਕ
ਪਹਿਲੋਂ ਉਹਦੇ ਭੋਗ ਦੇ ਉੱਪਰ ਅੱਜ ਆਏ ਹੋਏ ਸੀ, ਕੱਲ੍ਹ ਆਏ ਹੋਏ ਸੀ। ਹਾਂਜੀ ਹਾਂਜੀ, ਕੁਛ ਰਾਊਂਡ ਹੋਏ ਨੇ, ਕੁਛ ਵੈਪਨਸ ਵੀ ਤਿੰਨ ਰਾਊਂਡ ਹੋਏ ਨੇ, ਰਾਊਂਡ ਵੀ ਨਾਲ ਹੋਏ ਰਿਕਵਰ ਹੋਏ ਨੇ। ਹਾਂਜੀ, ਇਹ ਹੁਣ ਤਿੰਨ ਰਿਕਵਰ ਕੀਤੇ ਆ, ਹੁਣ ਇਹਨਾਂ ਦੇ ਕੋਲ ਤਿੰਨ ਹਥਿਆਰ ਜਾਂ ਪੰਜ ਹਥਿਆਰ ਆ, ਉਹ ਅਸੀਂ ਅੱਗੇ ਤੁਹਾਨੂੰ ਜਿਹੜਾ ਜੋ ਵੀ ਅੱਗੇ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਖੁਲਾਸੇ ਹੋਣਗੇ ਤੁਹਾਨੂੰ ਕਨਵੇ ਕਰਾਂਗੇ। ਸਰ ਚੰਨਪ੍ਰੀਤ ਦਾ ਪਿੰਡ ਕਿਹੜਾ ਸੀ? ਚੰਨਪ੍ਰੀਤ ਦਾ ਅੱਜ ਨਵੀਂ ਨਗਰ, ਕੋਟਲੀ ਥਾਣੇ ਦੇ ਵਿੱਚ ਪੈਂਦਾ, ਨਵੀਂ ਨਗਰ ਤਰਵੰਡੀ। ਦੇਖੋ ਜੀ, ਜਿੱਦਾਂ ਸਾਜਨ ਪੁਲਿਸ ਹੈਗਾ, ਇਹਨਾਂ ਦੇ ਤਿੰਨ ਮੁਕਦਮੇ ਨੇ, ਬਾਕੀ ਸਾਰਿਆਂ ਦੇ ਦੋ ਮੁਕਦਮੇ ਹੈਗੇ ਨੇ, ਸਾਰੇ ਹੀਨੀਅਸ ਕ੍ਰਾਈਮ ਨੇ, 307 ਆਰਮਜ਼ ਐਕਟ ਐਂਡੀ ਸਾਰੇ।